ਸਤਿ ਸ਼੍ਰੀ ਅਕਾਲ ਵੀਰ ਜੀ, ਇਹ ਆਪਣੀ ਗੁੜੀਆ ਮਨਮੀਤ ਕੌਰ, ਮੈਂ ਉਸਕਾ ਫਾਦਰ ਹਰਪਿੰਦਰ ਸਿੰਘ ਬੋਲ ਰਹਾ ਹਾਂ। ਇਸ ਕੋ ਗੁੜੀਆ ਕੋ ਨਾ ਇਹ ਜਬ 6 ਮੰਥ ਕੀ ਥੀ, ਉਸ ਦਿਲ ਮੇ ਇਸਕੇ ਸ਼ੇਕ ਥਾ, ਹਮੇਂ ਮਾਲੂਮ ਲਗਾ। ਅਤੇ ਇਸਕਾ ਪਰੇਡ ਹੁਆ, ਬੈਂਡ ਡਾਲਾ, ਉਹਨਾਂ ਨੇ ਗੰਦਾ ਖੂਨ ਫੈਲ ਰਿਹਾ ਥਾ ਅੰਦਰ। ਉਸਕੇ ਬਾਅਦ ਉਹਨੇ ਬੋਲਾ ਥਾ ਕਿ ਇਹ ਬੱਚਾ ਬਹੁਤ ਵੀਕ ਹੈ, ਆਪ ਸ਼ੇਕ ਨਹੀਂ ਬਾਟ ਸਕਤੇ, ਹਮ 2 ਸਾਲ ਬਾਅਦ ਇਸਕਾ ਪਰੇਡ ਕਰੇਂਗੇ। ਅਬ 2 ਸਾਲ ਸੇ 2.5 ਸਾਲ ਹੋ ਚੁੱਕੇ ਥੇ, ਹਮ ਲੋਕਡਾਊਨ ਕੇ ਬਾਅਦ ਆਪ ਚੈੱਕ ਕਰਾਉਣੇ ਆਏ, ਤੋ ਐਮਰਜੈਂਸੀ ਉਹਨਾਂ ਨੇ ਬੋਲਿਆ ਕਿ ਅਪਰੇਡ ਜ਼ਰੂਰੀ ਹੈ, ਜੇ ਪਰੇਡ ਨਾ ਹੋਆ ਜੋ ਬੈਂਡ ਡਾਲਾ ਹੋਇਆ ਉਸਕੋ ਨਿਕਾਲਣਾ, ਜੇ ਨਾ ਨਿਕਾਲਾ ਤੋ ਇਸਕਾ ਫੇਸ ਨੀਲਾ ਪੜਨਾ ਚਾਲੂ ਹੋ ਜਾਏਗਾ। ਅਤੇ ਸ਼ੇਕ ਵੀ ਬਹੁਤ ਬੜਾ, ਪਹਿਲਾਂ 12 ਐਮ ਤਾਂ ਅਬ 15 ਐਮ ਹੋ 15 ਐਮ ਕਾ ਹੋ ਗਿਆ ਥਾ। ਤੋ ਉਹਨਾਂ ਨੇ ਐਮਰਜੈਂਸੀ ਬੋਲ ਦਿਆ ਸਰ ਕਿ 20-25 ਦਿਨ ਆਪਕੋ ਪਰੇਡ ਕਰਾਉਣਾ ਪੜੇਗਾ, ਔਰ 4 ਲੱਖ ਕਾ ਖਰਚਾ ਬੋਲ ਦਿਆ ਸਰ ਉਹਨਾਂ ਨੇ। ਤੋ ਮੇਰੇ ਪਾਸ ਕੁਛ ਪੈਸੇ ਨਹੀਂ ਥੇ, ਔਰ ਬੱਚੇ ਕੋ ਬਹੁਤ ਜ਼ਰੂਰਤ ਥੀ, ਮੈਨੇ ਮਦਦ ਵੀ ਮੰਗੀ, ਕਿਸੇ ਸੇ ਨਹੀਂ ਮਿਲੀ। ਔਰ ਆਪਣੇ ਮੈਂ ਅੰਮ੍ਰਿਤਸਰ ਸੇ ਆਇਆ ਹੂੰ, ਇਹ ਦਿੱਲੀ ਆਪਣੇ ਨੈਚੁਰਲ MGO ਹੈ, ਉਨਕੇ ਸਾਥ ਮੇਰਾ ਮੇਲ ਹੁਆ, ਉਹਨਾਂ ਨੇ ਜੇ ਕੇਸ ਪਕੜਾ, ਅੰਮ੍ਰਿਤਸਰ ਹੈ, ਉਹਨਾਂ ਨੇ ਕੇਸ ਜੇ ਪਕੜਾ, ਔਰ 4 ਲੱਖ ਬੋਲਾ ਡਾਕਟਰੋਂ ਨੇ, ਔਰ ਉਹਨਾਂ ਨੇ ਬਹੁਤ ਮਿਹਨਤ ਕੀ, ਜੇਕਰ ਮੇਰਾ ਪਰੇਡ ਕਰਾਇਆ, ਔਰ ਇਸਕੋ ਜ਼ਿੰਦਗੀ ਮਿਲੀ ਦੁਬਾਰਾ, ਕਿਉਂਕਿ ਪਰੇਡ ਬਹੁਤ ਜ਼ਰੂਰਤ ਥਾ, ਪਰੇਡ ਕੇ ਪੈਸੇ ਵੀ ਬਹੁਤ ਜ਼ਰੂਰਤ, ਪੈਸੇ ਕਰਕੇ ਹੀ ਬੱਚੇ ਕਾ ਪਰੇਡ ਹੋਣਾ ਥਾ। ਔਰ MGO ਵਾਲਿਆਂ ਨੇ, ਨੈਚੁਰਲ MGO ਔਰ ਅੰਮ੍ਰਿਤਸਰ ਉਰਕੇ ਸਟਾਫਸ ਕੀ ਖਾਤਰ ਇਸ ਬੱਚੇ ਕੋ ਨਹੀਂ ਜੀਵਨ ਮਿਲਾ, ਹਮਾਰੇ ਸਭੀ ਪਰਿਵਾਰ ਕੋ ਮਿਲਾ। ਹਮ ਇਸ ਬੱਚੇ ਕਾ ਪਰੇਡ ਅੱਛੇ ਸੇ ਹੋ ਗਿਆ, ਡਿਸਚਾਰਜ ਵੀ ਕਰਾ ਦਿਆ ਸਰ ਨੇ, ਔਰ ਅਬ ਛੁੱਟੀ ਵੀ ਮਿਲ ਗਈ ਉਸਕੋ, ਟਾਂਕੇ ਵੀ ਉਸਕੇ ਖੁੱਲ ਗਏ ਹੈ, ਔਰ ਇਹ ਸਭ ਨੈਸ਼ਨਲ MGO ਕੀ ਵਜ੍ਹਾ ਸੇ ਹੋਇਆ। ਨੈਸ਼ਨਲ MGO ਵਾਲੇ ਕਾਫੀ ਮਦਦ ਕਰ ਰਹੇ ਹੈ, ਸਭੀ ਬੱਚੋਂ ਕਾ ਪਰੇਡ ਕਰਾਤੇ ਹੈ, ਹਮਨੇ ਕਿਤਨੇ ਬੱਚੋਂ ਕਾ ਦੇਖਾ, ਇਹਨਾਂ ਨੂੰ ਪਰੇਡ ਕਰਾਤੇ ਹੋਏ, ਕਭੀ ਕਿਤਨੇ ਬੱਚੇ ਹਮੇ ਮਿਲੇ, ਜੋ ਕੈਂਸਰ ਕੇ ਮਰੀਜ਼ ਹੈ, ਜੋ ਬਹੁਤ ਜ਼ਿਆਦਾ ਮਰੀਜ਼ ਜਿਹੋ ਜਿਹਨਾਂ ਕੇ ਪਾਸ ਰੋਟੀ ਖਾਣੇ ਕੇ ਪੈਸੇ ਨਹੀਂ ਹੈ, ਜੋ ਮਦਦ ਕਰ ਰਹੇ, ਇਹਨਾਂ ਨੇ ਇਤਨੀ ਮਦਦ ਕਰ ਰਹੇ ਹੈ ਸਰ, ਜੋ ਡੋਨਰ ਇਨਕੇ ਸਾਥ ਮਿਲੇ ਹੋਏ ਹੈ, ਜਿਹਨਾਂ ਕੇ ਖਾਤਰ ਜੇ ਪਰੇਡ ਕਰਵਾ ਰਹੇ ਹੈ। ਔਰ ਐਸਾ ਹੀ ਸਰ, ਜੈਸੇ ਮੇਰੇ ਬੱਚੇ ਕੋ ਪਰੇਡ ਕਰਵਾਇਆ, ਸ਼ੁਕਰਾਨਾ ਬੋਲਤਾ ਹੂੰ, ਐਸੇ ਹੀ ਆਪ ਇਨਕੇ ਨੈਸ਼ਨਲ MGO ਕੇ ਸਾਥ ਜੁੜੇ ਰਹਿਣਾ, ਔਰ ਜੇ ਜੋ ਭਲੇ ਕਾ ਕੰਮ ਕਰ ਰਹੇ ਹੈ, ਜੋ ਇਤਨੇ ਬੱਚੋਂ ਕਾ ਪਰੇਡ ਕਰਾ ਰਹੇ ਹੈ, ਮੈਨੇ ਦੇਖਾ ਬਹੁਤ ਅੱਛੇ ਸੇ ਕਰਾ ਰਹੇ ਹੈ, ਔਰ ਮੈਨੇ ਅਬ ਮੈਨੇ 4 ਲੱਖ ਕਾ ਖਰਚਾ ਆਇਆ, ਮੈਨੇ 1 ਰੁਪਿਆ ਨਹੀਂ ਦਿਆ, ਮੇਰਾ 1 ਰੁਪਿਆ ਨਹੀਂ ਲੱਗਾ, ਮੈਨੇ ਸਿਰਫ ਆਨੇ ਜਾਣੇ ਕਾ ਖਰਚੇ ਕਾ ਪ੍ਰਬੰਧ ਕੀਆ ਬਸ, ਉਹ ਸਭੀ ਪੈਸਾ ਇਹ ਪਹਿਲੇ ਦਿਨ ਸੇ ਲੈ ਕੇ ਲਾਸਟ ਦਿਨ ਤੱਕ ਇਹਨਾਂ ਨੇ ਕੀਆ ਸਭ, ਮੁਝੇ 1 ਪੈਸੇ ਕੀ ਲੋੜ ਨਹੀਂ ਪੜੀ, ਮੁਝੇ ਕਿਸੀ ਕੇ ਹਾਥ ਅੱਗੇ ਜਾਣੇ ਕੀ ਲੋੜ ਨਹੀਂ ਪੜੀ, ਔਰ ਦਿਲ ਸੇ ਮੈਂ ਆਪ ਡੋਨਰ ਕਾ ਸ਼ੁਕਰਾਨਾ ਕਰਤਾ ਹੂੰ, ਐਸੇ ਹੀ ਆਪ ਨੈਚੁਰਲ MGO ਕਾ ਸਾਥ ਦੇਤੇ ਰਹਿਣਾ, ਜੋ ਜੈਸੇ ਅਬ ਮੇਰੇ ਬੱਚੇ ਕੋ ਇਹਨਾਂ ਨੇ ਪਰੇਡ ਕਰਾਇਆ, ਐਸੇ ਹੀ ਹਮ ਇਨਕੇ ਸਾਥ ਜੁੜੇ ਰਹੇ, ਜੋ ਹਮਸੇ ਵੀ ਮਦਦ ਬਣਤੀ ਹੈ, ਜਿਤਨੇ ਜੋਗੇ ਹਮ ਵੀ ਹੈ, ਹਮ ਇਨਕੇ ਸਾਥ ਲਗੇ ਰਹਿਣ, ਬਹੁਤ ਭਲੇ ਕਾ ਇਹ ਕਾਮ ਹੈ, ਜੇ ਕਿਸੇ ਕਾ ਬੱਚਾ ਬਚ ਜਾਣਾ, ਔਰ ਬੱਚੇ ਕੇ ਖਾਤਰ ਮਾਂ ਪਿਓ ਕੋ ਵੀ ਨਵੀਂ ਜ਼ਿੰਦਗੀ ਮਿਲਣੀ ਹੈ।